अक्सर बजुर्ग कहते रहते ने कि घर बनाना उन्ना ही मुश्किल है जिन्ना परिवार च ब्याह करवाना। निर्माण वाली जगह की चोण तो लैके तैयार घर विच कदम रखने तक की प्रक्रिया विच बहुत सारिया चुनौतियां ते मील पत्थर शामिल ने। इन्ना सारिया चुनौतियां ते काबू पाउणा ते घर का मालक बनन ते सुपने नूं पूरा करना हर किसी लई संभव नहीं हुंदा। नाल ही कई अजिहे भी मामले ने जिथे लोगों नूं अपना मकान बनाउण तों बाद काम लई जां फिर किसी होर कारण किते होर जाना पैंदा अते इस लई अपने घर की थां किराए ते मकानां च रहना पैंदा। मोबाइल होम्स बनाउण वर्गा कुछ करन दा विचार साडे कोल उदों आया जदों असीं विदेशां विच अजिहे घर वेखे। असीं इस घर नूं पहलां डैमो वजों शुरू कीता सी, इस तों बाद असीं लगभग 70 घरां दी उसारी कीती। जिलानी ते विजय हैदराबाद दे दो दोस्त अजिहे लोकां लई इक चंगा हल कढ के लियाए ने, जिवें कि मौजूदा हालातां च किराए दे आधार ते क्रेन सेवावां दी व्यवस्था दा कारोबार घट गया, उह अपनी रोजी रोटी दे नाल नाल लोड़वंदां लई इक विकल्प लै के आए ने। उन्हां दे कारोबार दे बदलवे ढंग ਦੀ ਭਾਲ ਨੇ ਉਹਨਾਂ ਨੂੰ ਮੋਬਾਈਲ ਹੋਮਸ ਦੀ ਮੰਗ ਬਾਰੇ ਜਾਣੂ ਕਰਵਾਇਆ। ਮੋਬਾਈਲ ਹੋਮ ਯਾਨੀ ਉਹ ਘਰ ਜੋ ਮਾਲਕ ਦੇ ਨਾਲ ਕਿਤੇ ਵੀ ਜਾ ਸਕਦੇ ਨੇ। ਇਸ ਤਰ੍ਹਾਂ ਇਹਨਾਂ ਦੋਸਤਾਂ ਨੇ ਇਸ ਕਾਰੋਬਾਰ ਦੀ ਦਿਸ਼ਾ ਵੱਲ ਕਦਮ ਚੁੱਕਿਆ। ਸਾਰੇ ਵੱਖ ਵੱਖ ਮਾਡਲ ਹਨ। ਸਾਡੇ ਕੋਲ ਡਬਲ ਬੈਡਰੂਮ, ਟ੍ਰਿਪਲ ਬੈਡਰੂਮ, ਸਿੰਗਲ ਬੈਡਰੂਮ ਦੇ ਮਾਡਲ ਹਨ। ਹੁਣ ਤੱਕ ਅਸੀਂ ਤਕਰੀਬਨ 15 ਸਿੰਗਲ ਬੈਡਰੂਮ ਮਕਾਨ ਬਣਾਏ ਨੇ। ਡਬਲ ਬੈਡਰੂਮਾਂ ਦੀ ਗਿਣਤੀ ਵੱਧ ਕੇ 25 ਮਾਡਲਾਂ ਦੀ ਹੋ ਗਈ ਹੈ। ਇਹ ਆਵਾਜਾਈ ਵਿੱਚ ਵੀ ਆਸਾਨ ਹਨ। ਜੋ ਸਭ ਅੰਦਰ ਹੈ ਇਹ ਉਸਾਰਿਆ ਜਾਂਦਾ ਹੈ। ਇਸ ਵਿੱਚ ਬਿਜਲੀ ਕਨੈਕਸ਼ਨ ਹੋਵੇਗਾ। ਇਹ ਸਿਰਫ ਇੱਕ ਪਲੱਗ ਅਤੇ ਪਲੇ ਮਾਡਲ ਹੈ। ਜਗ੍ਹਾ ਵਿੱਚ ਫਰਨੀਚਰ ਅਤੇ ਬਾਥਰੂਮ ਨੂੰ ਦਿੱਤੇ ਗਏ ਆਊਟਲਾਈਨ ਕਨੈਕਸ਼ਨ ਨੂੰ ਡਰੇਨਸ ਦੇ ਨਿਕਾਲ ਦੇ ਨਾਲ ਜੋੜਨ ਲਈ ਇਹ ਜਗ੍ਹਾ ਕਾਫੀ ਹੈ। ਜੇ ਘਰ ਦੇ ਬਾਹਰ ਸਾਕਟ ਨੂੰ ਤਾਰਾਂ ਮੁਹੱਈਆ ਕਰਵਾਈਆਂ ਜਾਣ ਤਾਂ ਘਰ ਨੂੰ ਬਿਜਲੀ ਦਿੱਤੀ ਜਾਵੇਗੀ। ਜਿਲਾਨੀ ਤੇ ਵਿਜੇ ਨੇ 2 ਸਾਲ ਪਹਿਲਾਂ ਇੱਕ ਮੋਬਾਈਲ ਡੁਪਲੈਕਸ ਮਕਾਨ ਬਣਾਇਆ ਅਤੇ ਉੱਥੇ ਕਾਰੋਬਾਰ ਸ਼ੁਰੂ ਕੀਤਾ। ਥੋੜੇ ਸਮੇਂ 'ਚ ਇਸ ਸੰਕਲਪ ਨੇ ਬਹੁਤ ਸਾਰੇ ਸਥਾਨਕ ਲੋਕਾਂ, ਸਾਥੀ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਆਕਰਸ਼ਿਤ ਕੀਤਾ। ਉਹਨਾਂ ਨੂੰ ਬਹੁਤ ਸਾਰੇ ਗਾਹਕਾਂ ਤੋਂ ਅਜਿਹੇ ਮਕਾਨ ਬਣਾਉਣ ਦੇ ਆਰਡਰ ਮਿਲਣੇ ਸ਼ੁਰੂ ਹੋਏ। ਲੱਕੜ ਅਤੇ ਲੋਹਾ ਮੁੱਖ ਕੱਚੇ ਮਾਲ ਨੇ ਅਤੇ ਮਕਾਨ ਦੀ ਉਸਾਰੀ 1.5 ਤੋਂ 2 ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। 200 ਤੋਂ 500 ਵਰਗ ਫੁੱਟ ਖੇਤਰ ਵਾਲੇ ਸਿੰਗਲ, ਡਬਲ, ਟ੍ਰਿਪਲ ਬੈਡਰੂਮ, ਡੁਪਲੈਕਸ ਮਕਾਨ ਬਣ ਸਕਦੇ ਨੇ। ਸੰਚਾਲਕਾਂ ਦਾ ਕਹਿਣਾ ਹੈ ਕਿ ਘਰ ਨੂੰ ਕਿਤੇ ਵੀ ਲੈ ਕੇ ਜਾਏ ਜਾਣ ਤੇ ਨਿਰਮਾਣ ਦੀ ਘੱਟ ਸਮੇਂ ਵਿੱਚ ਪੂਰਾ ਹੋਣ ਦੀ ਵਜ੍ਹਾ ਕਾਰਨ ਗਾਹਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ। ਤੇਲਗੂ ਸੂਬਿਆਂ ਸਣੇ ਕਰਨਾਟਕ ਤੇ ਗੋਆ ਵਿੱਚ ਵੀ ਮਕਾਨਾਂ ਦੀ ਸਪਲਾਈ ਕੀਤੀ ਗਈ ਹੈ। ਇਸ ਜੋੜੀ ਨੇ ਹੈਦਰਾਬਾਦ ਮੈਟਰੋਪੋਲੀਟਨ ਕਾਰਪੋਰੇਸ਼ਨ GHMC ਲਈ 2 ਪਖਾਨੇ ਬਣਾਏ ਅਤੇ ਕੁੱਕਟਪੱਲੀ ਵਿੱਚ ਸਥਾਨਕ ਝੁੱਗੀ ਝੋਂਪੜੀ ਡਿਸਪੈਂਸਰੀ ਦਿੱਤੀ। ਪ੍ਰਬੰਧਕਾਂ ਦੇ ਮੁਤਾਬਕ 20 ਸਾਲਾਂ ਦੀ ਟਿਕਾਇਤ ਵਾਲੇ ਮੋਬਾਈਲ ਹੋਮਸ ਦਾ ਮੁੜ ਵਿਕਰੀ ਮੁੱਲ ਵੀ ਹੋਵੇਗਾ। ਇਹਨਾਂ ਦੀ ਵਰਤੋਂ ਮੁੱਖ ਤੌਰ ਉੱਤੇ ਪੈਂਟ ਹਾਊਸ, ਫਾਰਮ ਹਾਊਸ, ਖੇਤੀਬਾੜੀ ਦੇ ਖੇਤਰਾਂ ਵਿੱਚ ਹੋਵੇਗੀ। ਇਹ ਵੱਖ ਵੱਖ ਬਿਲਡਿੰਗ ਉੱਦਮਾਂ ਵਿੱਚ ਦਫ਼ਤਰਾਂ ਵਜੋਂ ਵੀ ਵਰਤੇ ਜਾਂਦੇ ਨੇ। ਜਿਲਾਨੀ ਦੀ ਜੋੜੀ ਕਹਿੰਦੀ ਹੈ ਕਿ ਇਹਨਾਂ ਨੂੰ ਕੋਵਿਡ ਸਮੇਂ ਦੌਰਾਨ ਆਈਸੋਲੇਸ਼ਨ ਸੈਂਟਰਾਂ ਵਜੋਂ ਵੀ ਵਰਤਿਆ ਜਾ ਸਕਦਾ। ਹਰੇਕ ਘਰ ਦੇ ਆਕਾਰ ਤੇ ਨਮੂਨੇ ਤੇ ਨਿਰਭਰ ਕਰਦਿਆਂ ਇਸ ਦੀ ਕੀਮਤ 4 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦੀ ਹੋ ਸਕਦੀ ਹੈ, ਜੋ ਕਿ ਅੱਜ ਦੇ ਮਹਿੰਗਾਈ ਤੇ ਖਰਚਿਆਂ ਮੁਤਾਬਕ ਬਜਟ ਫਰੈਂਡਲੀ ਵੀ ਹੈ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV ਭਾਰਤ ਐਪ।